ਕੀ ਪਾਰਟੀ ਦਾ ਵੀ ਟੈਸਟ ਹੈ ਪਹਿਲਾ ਬਜਟ ਸੈਸ਼ਨ ਹੈ ਕਿਵੇਂ ਦੇਖਦੇ ਹੋ अजे पहले टेस्ट पेपर ते आउण दिओ ते उहदे च फिर गल करांगे। देखो जिहड़ी अजे जिहड़ा हुंदा बजट हुंदा बड़ा सीक्रेट डाकूमेंट हुंदा पेश करांगे उहदे बाद उहदे ते पूरी दसांगे तुहानूं किहड़े मसले जिहड़े अंदर जिहड़े कोई अग्गे आउणगे अंदर तुहानूं दसांगे क्योंकि लाइव च लाया बाद तो टेलीकास्ट जरूर करें। जिहड़ी लॉ एंड ऑर्डर की व्यवस्था की गल है कि मैनूं हुणे बाहर भी उन्होंने पुछिआ कि जी पिछली सरकार की देणी आ तो मैं पूछना चाहुंदा कि जिहड़ा सिद्धू मूसेवाले तो बाद जिहड़ा इन्ना हॉट इशू आया तो वह तो सारा कुछ तिहाड़ जेल के विचों लॉरेंस बिश्नोई और उन्हें मन्या कि मैं उत्थे बैठ के यह सारा कुछ किया तो ये जेल के बैठ के होया तो पिछली सरकार की देने पिछली सरकार के टाइम पर भी वो उत्थे दिल्ली वाली जेल च बंद सी ड्यूरिंग इलेक्शन ने उत्थे बंद सी तो यदा मतलब कि जेडे दो तीन गैंगस्टर उत्थे बंद ने और मैं पहले भी तुहाडे सां राही कई बार कह चुका कि मैं आप कहिंदा रहा कि इन्हां दे मोबाइल बंद करो अंदरों जेल दे विचों मेरे नाल बैठ के गल कर ले। मैं इन्हां नूं क्या वीके भावरा नूं मैं ड्यूरिंग इलेक्शन मैं तीन चार बारी क्या और बिफोर इलेक्शन भी मैं क्या जो साडा हैगा सी मैं उह गल क्यों नहीं करदे तुसीं उहनां दे नाल जिहड़े एजेंसियां प्रोवाइड करदे मैं मैनूं नहीं पता कौन कौन प्रोवाइड करदियां ने एजेंसियां प्रोवाइड क्यों करदियां ने अंदर जिहड़े जेल डिपार्टमेंट इत्थे जिहड़ी लॉरेंस बिश्नोई दी जिहड़ी पुछताछ ती होनी चाहीदी है NIA वाले नूं इह पुछणा चाहीदा कि तैनूं अंदर मोबाइल दित्ता किने जेल डिपार्टमेंट एजेंसियां नहीं देंदियां जेल डिपार्टमेंट जे इहो जे एडे वड्डे जिहनूं हाई सिक्योरिटी जोन च रख्या हुंदा एक डबल हाई सिक्योरिटी जोन हुंदा उहदे च इहो जे बंदे रखे जांदे आ जिते मोबाइल प्रोवाइड करना बहुत औखा हुंदा और इहदा उत्थों दे DGP नूं इहनां नूं सारिआं नूं जवाब देना पएगा कि इहनूं किस बंदे ने लॉरेंस बिश्नोई नूं उत्थे मोबाइल प्रोवाइड करवाया और मोबाइल दे उत्तों जिहड़ी व्हाट्सएप कॉल्स जां बाहरलियां कॉल्स जां उत्थे जिहड़े उहनां सब तों वड्डी गल इह है कि जिहड़े वेपनस प्रोवाइड करवाउणे अंदरों जेल दिओ ਇਹ ਬੜੀ ਵੱਡੀ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਹੈ ਕਿ ਦਿੱਲੀ ਦੀ ਜੇਲ੍ਹ ਵਿੱਚ ਜਾਂਚ ਹੋਣੀ ਚਾਹੀਦੀ ਹੈ ਨੈਸ਼ਨਲ ਏਜੰਸੀ ਤੋਂ ਮੈਂ ਹੁਣ ਇਹ ਤੇ ਮੈਂ ਹੁਣ ਅੰਗਰੇਜ਼ੀ 'ਚ ਬੋਲਾਂ ਕਿਹੜੀ ਪਾਰਟੀ ਨੇ ਟਵੀਟ ਕਰਿਆ ਹਰਿਆਣੇ ਤੋਂ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਤੇ ਬੈਨ ਲੱਗਣਾ ਚਾਹੀਦਾ ਇਨਵੈਸਟੀਗੇਟ ਹੋਣਾ ਵੇਖੋ ਗੱਲ ਸੁਣੋ ਜਿਹੜੀ ਸਾਡਾ ਕਾਂਗਰਸ ਦਾ ਜਿਹੜਾ ਜੋ ਸਟੈਂਡ ਸੀਗਾ ਅੰਦਰ ਵਾਟਰ ਟਰਮੀਨੇਸ਼ਨ ਐਕਟ ਅਸੀਂ ਲੈ ਕੇ ਆਏ ਸੀ ਕਿ ਪੰਜਾਬ ਕੋਲ ਇੱਕ ਨਹੀਂ ਇਹ ਜਿਹੜੇ ਰਾਈਟਰ ਹੁੰਦੇ ਨੇ ਇਹਨਾਂ ਦੇ ਆਪਣੀਆਂ ਭਾਵਨਾਵਾਂ ਹੁੰਦੀਆਂ ਨੇ ਰਾਈਟਰ ਦੀ ਕਲਮ ਨੂੰ ਕਦੀ ਕੋਈ ਨਹੀਂ ਰੋਕ ਸਕਦਾ ਉਹ ਕਿਸੇ ਨੂੰ ਮੈਂ ਦੇਖੋ ਜੋ ਉਹਨੇ ਮੇਰੇ ਦੇਖੋ ਗੱਲ ਸੁਣ ਇਹਦੇ ਮੇਰੇ ਇੱਕ ਸੁਣ ਮੈਂ ਆਪਣੀ ਪਾਰਟੀ ਦਾ ਸਟੈਂਡ ਸਪਸ਼ਟ ਕਰੂੰਗਾ ਮੇਰੀ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਇਹਨੂੰ ਰਿਜੈਕਟ ਕੀਤਾ ਔਰ ਅਸੀਂ ਵਾਟਰ ਟਰਮੀਨੇਸ਼ਨ ਐਕਟ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਏ ਉਹਦੇ 'ਤੇ ਮੈਂ ਅੱਜ ਵੀ ਖੜਾ ਦੀ ਪਾਰਟੀ ਦਾ ਵੀ ਟੈਸਟ ਹੈ ਪਹਿਲਾ ਬਜਟ ਸੈਸ਼ਨ ਹੈ ਕਿਵੇਂ ਦੇਖਦੇ ਹੋ ਅਜੇ ਪਹਿਲਾਂ ਟੈਸਟ ਪੇਪਰ 'ਤੇ ਆਉਣ ਦਿਓ ਕਿ ਉਹਦੇ 'ਚ ਫਿਰ ਗੱਲ ਕਰਾਂਗੇ। ਦੇਖੋ ਜਿਹੜੀ ਅਜੇ ਜਿਹੜਾ ਹੁੰਦਾ ਬਜਟ ਹੁੰਦਾ ਬੜਾ ਸੀਕ੍ਰੇਟ ਡਾਕੂਮੈਂਟ ਹੁੰਦਾ ਪੇਸ਼ ਕਰਨਗੇ ਉਹਦੇ ਬਾਅਦ ਉਹਦੇ 'ਤੇ ਪੂਰੀ ਦੱਸਾਂਗੇ ਤੁਹਾਨੂੰ ਕਿ ਜਿਹੜੇ ਕੋਈ ਅੱਗੇ ਆਉਣਗੇ ਅੰਦਰ ਤੁਹਾਨੂੰ ਦੱਸਾਂਗੇ ਕਿਉਂਕਿ ਲਾਈਵ 'ਚ ਲਾਇਆ ਬਾਅਦ ਤੋਂ ਹੀ ਟੈਲੀਕਾਸਟ ਜ਼ਰੂਰ ਕਰਿਓ। ਜਿਹੜੀ ਲਾਅ ਐਂਡ ਆਰਡਰ ਦੀ ਵਿਵਸਥਾ ਦੀ ਗੱਲ ਹੈ ਕਿ ਮੈਨੂੰ ਹੁਣੇ ਬਾਹਰ ਵੀ ਉਹਨਾਂ ਨੇ ਪੁੱਛਿਆ ਕਿ ਜੀ ਪਿਛਲੀ ਸਰਕਾਰ ਦੀ ਦੇਣੀ ਆ ਤਾਂ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਸਿੱਧੂ ਮੂਸੇਵਾਲੇ ਤੋਂ ਬਾਅਦ ਜਿਹੜਾ ਇੰਨਾ ਹੌਟ ਇਸ਼ੂ ਆਇਆ ਤਾਂ ਉਹ ਤਾਂ ਸਾਰਾ ਕੁਝ ਤਿਹਾੜ ਜੇਲ੍ਹ ਦੇ ਵਿੱਚੋਂ ਲਾਰੈਂਸ ਬਿਸ਼ਨੋਈ ਔਰ ਉਹਨੇ ਮੰਨਿਆ ਕਿ ਮੈਂ ਉੱਥੇ ਬੈਠ ਕੇ ਇਹ ਸਾਰਾ ਕੁਝ ਕੀਤਾ ਅਤੇ ਇਹ ਜੇਲ੍ਹ ਦੇ ਵਿੱਚ ਬੈਠ ਕੇ ਹੋਇਆ ਤਾਂ ਪਿਛਲੀ ਸਰਕਾਰ ਦੀ ਇਹਦੇ 'ਚ ਕੀ ਦੇਣੇ ਪਿਛਲੀ ਸਰਕਾਰ ਦੇ ਟਾਈਮ 'ਤੇ ਵੀ ਉਹ ਉੱਥੇ ਦਿੱਲੀ ਵਾਲੀ ਜੇਲ੍ਹ 'ਚ ਬੰਦ ਸੀ ਡਿਊਰਿੰਗ ਇਲੈਕਸ਼ਨ ਨੇ ਉੱਥੇ ਬੰਦ ਸੀ ਅਤੇ ਇਹਦਾ ਮਤਲਬ ਕਿ ਜਿਹੜੇ ਦੋ ਤਿੰਨ ਗੈਂਗਸਟਰ ਉੱਥੇ ਬੰਦ ਨੇ ਔਰ ਮੈਂ ਪਹਿਲਾਂ ਵੀ ਤੁਹਾਡੇ ਸਾਹ ਰਾਹੀਂ ਕਈ ਵਾਰ ਕਹਿ ਚੁੱਕਾ ਕਿ ਮੈਂ ਆਪ ਕਹਿੰਦਾ ਰਿਹਾ ਕਿ ਇਹਨਾਂ ਦੇ ਮੋਬਾਈਲ ਬੰਦ ਕਰੋ ਅੰਦਰੋਂ ਜੇਲ੍ਹ ਦੇ ਵਿੱਚੋਂ ਮੇਰੇ ਨਾਲ ਬੈਠ ਕੇ ਗੱਲ ਕਰ ਲੇ। ਮੈਂ ਇਹਨਾਂ ਨੂੰ ਕਿਹਾ ਵੀਕੇ ਭਾਵਰਾ ਨੂੰ ਮੈਂ ਡਿਊਰਿੰਗ ਇਲੈਕਸ਼ਨ ਮੈਂ ਤਿੰਨ ਚਾਰ ਵਾਰੀ ਕਿਹਾ ਔਰ ਬਿਫੋਰ ਇਲੈਕਸ਼ਨ ਵੀ ਮੈਂ ਕਿਹਾ ਜਦੋਂ ਸਾਡਾ ਹੈਗਾ ਸੀ ਮੈਂ ਉਹ ਗੱਲ ਕਿਉਂ ਨਹੀਂ ਕਰਦੇ ਤੁਸੀਂ ਉਹਨਾਂ ਦੇ ਨਾਲ ਤੁਹਾਡੇ ਜਿਹੜੀ ਏਜੰਸੀਆਂ ਪ੍ਰੋਵਾਈਡ ਕਰਦੀਆਂ ਮੈਂ ਮੈਨੂੰ ਨਹੀਂ ਪਤਾ ਕੌਣ ਪ੍ਰੋਵਾਈਡ ਕਰਦੀਆਂ ਨੇ ਏਜੰਸੀਆਂ ਪ੍ਰੋਵਾਈਡ ਕਿਉਂ ਕਰਦੀਆਂ ਨੇ ਅੰਦਰ ਜਿਹੜੇ ਜੇਲ੍ਹ ਡਿਪਾਰਟਮੈਂਟ ਇੱਥੇ ਜਿਹੜੀ ਲਾਰੈਂਸ ਬਿਸ਼ਨੋਈ ਦੀ ਜਿਹੜੀ ਪੁੱਛਤਾਛ ਤੇ ਇਹ ਹੋਣੀ ਚਾਹੀਦੀ ਹੈ NIA ਵਾਲੇ ਨੂੰ ਇਹ ਪੁੱਛਣਾ ਚਾਹੀਦਾ ਕਿ ਤੈਨੂੰ ਅੰਦਰ ਮੋਬਾਈਲ ਦਿੱਤਾ ਕਿ ਨਹੀਂ ਜੇਲ੍ਹ ਡਿਪਾਰਟਮੈਂਟ 'ਚ ਏਜੰਸੀਆਂ ਨਹੀਂ ਦਿੰਦੀਆਂ ਜੇਲ੍ਹ ਡਿਪਾਰਟਮੈਂਟ ਜੇ ਤਾਂ ਇਹੋ ਜਿਹੇ ਏਡੇ ਵੱਡੇ ਜਿਹਨੂੰ ਹਾਈ ਸਿਕਿਉਰਿਟੀ ਜੋਨ 'ਚ ਰੱਖਿਆ ਹੁੰਦਾ ਇੱਕ ਡਬਲ ਹਾਈ ਸਿਕਿਉਰਿਟੀ ਜੋਨ ਹੁੰਦਾ ਉਹਦੇ 'ਚ ਇਹੋ ਜਿਹੇ ਬੰਦੇ ਰੱਖੇ ਜਾਂਦੇ ਆ ਜਿੱਥੇ ਮੋਬਾਈਲ ਪ੍ਰੋਵਾਈਡ ਕਰਨਾ ਬਹੁਤ ਔਖਾ ਹੁੰਦਾ ਔਰ ਇਹਦਾ ਉੱਥੋਂ ਦੇ DGP ਨੂੰ ਇਹਨਾਂ ਨੂੰ ਸਾਰਿਆਂ ਨੂੰ ਜਵਾਬ ਦੇਣਾ ਪਏਗਾ ਕਿ ਇਹਨੂੰ ਕਿਸ ਬੰਦੇ ਨੇ ਲਾਰੈਂਸ ਬਿਸ਼ਨੋਈ ਨੂੰ ਉੱਥੇ ਮੋਬਾਈਲ ਪ੍ਰੋਵਾਈਡ ਕਰਵਾਇਆ ਔਰ ਮੋਬਾਈਲ ਦੇ ਉੱਤੋਂ ਜਿਹੜੀ ਵਟਸਐਪ ਕਾਲਸ ਜਾਂ ਬਾਹਰਲੀਆਂ ਕਾਲਸ ਜਾਂ ਉੱਥੇ ਜਿਹੜੇ ਉਹਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਵੈਪਨਸ ਪ੍ਰੋਵਾਈਡ ਕਰਵਾਉਣੇ ਅੰਦਰੋਂ ਜੇਲ੍ਹ ਦਿਓ ਇਹ ਬੜੀ ਵੱਡੀ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਹੈ ਕਿ ਦਿੱਲੀ ਦੀ ਜੇਲ੍ਹ ਵਿੱਚ ਜਾਂਚ ਹੋਣੀ ਚਾਹੀਦੀ ਹੈ ਨੈਸ਼ਨਲ ਏਜੰਸੀ ਮੈਂ ਹੁਣ ਇਹ ਤੇ ਮੈਂ ਹੁਣ ਅੰਗਰੇਜ਼ੀ 'ਚ ਬੋਲਾਂ ਕਿਹੜੀ ਪਾਰਟੀ ਨੇ ਟਵੀਟ ਕਰਿਆ ਹਰਿਆਣੇ ਤੋਂ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਤੇ ਬੈਨ ਲੱਗਣਾ ਚਾਹੀਦਾ ਇਨਵੈਸਟੀਗੇਟ ਹੋਣਾ ਵੇਖੋ ਗੱਲ ਸੁਣੋ ਜਿਹੜੀ ਸਾਡਾ ਕਾਂਗਰਸ ਦਾ ਜਿਹੜਾ ਜੋ ਸਟੈਂਡ ਸੀਗਾ ਅੰਦਰ ਵਾਟਰ ਟਰਮੀਨੇਸ਼ਨ ਐਕਟ ਅਸੀਂ ਲੈ ਕੇ ਆਏ ਸੀ
कि पंजाब को एक नहीं, ये जिहड़े राइटर होंगे ने इन्हां दे आपणियां भावनावां होंदियां ने, राइटर की कलम कभी कोई नहीं रोक सकता। मैं देखो जो देखो गल सुन, मैं अपनी पार्टी का स्टैंड स्पष्ट करूँगा। मेरी पार्टी ने पहले दिन तो ही इन्हू रिजेक्ट किया और असी वाटर टर्मीनेशन एक्ट कैप्टन अमरिंदर सिंह लैके आए और मैं अज भी खड़ा। बाबा यामीन बंगाली गोल्ड मेडलिस्ट, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ ਵਟਸਐਪ 'ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਿਹੜੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਨਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ, 96435032321।